ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਨਵੀਂ ਸਰਕਾਰ ਦੇ ਵਿੱਚ ਵਿਭਾਗਾਂ ਦੀ ਵੰਡ ਹੈ ਜਿਹੜੀ ਹੋ ਚੁੱਕੀ ਹੈ ਕਿਉਂਕਿ ਵਿਭਾਗਾਂ ਦੀ ਵੰਡ ਨੂੰ ਲੈ ਕੇ ਲੈ ਕੇ ਜਿਹੜਾ ਰੇੜਕਾ ਪਿਆ ਹੋਇਆ ਸੀ ਉਹ ਸਾਫ਼ ਹੋ ਚੁੱਕਿਆ ਹੈ ਵਿਭਾਗ ਵੰਡੇ ਜਾ ਚੁੱਕੇ ਨੇ ਦੱਸਦੇ ਹਾਂ ਤੁਹਾਨੂੰ ਕਿ ਕਿਸ ਮੰਤਰੀ ਦੇ ਹਿੱਸੇ ਕਿਹੜਾ ਵਿਭਾਗ ਆਇਆ ਸੀ ਐਮ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਮਹਿਕਮਾ ਉਹਨਾਂ ਨੇ ਸੰਭਾਲ ਲਿਆ ਇਸ ਤੋਂ ਇਲਾਵਾ ਡਿਪਟੀ ਸੀਐਮ ਸੁਖਜਿੰਦਰ ਰੰਦਾਵਾ ਸੁਖਜਿੰਦਰ ਰੰਦਾਵਾ ਗ੍ਰਹਿ ਮੰਤਰਾਲਾ ਸੰਭਾਲਣਗੇ ਪੰਜਾਬ ਦਾ ਗ੍ਰਹਿ ਮੰਤਰਾਲਾ ਸੁਖਜਿੰਦਰ ਰੰਦਾਵਾ ਸੰਭਾਲਣਗੇ ਇਸ ਤੋਂ ਇਲਾਵਾ ਡਿਪਟੀ ਸੀਐਮ ਓਪੀ ਸੋਨੀ ਨੇ ਜਿਹੜੇ ਓਮਪ੍ਰਕਾਸ਼ ਸੋਨੀ ਉਹ ਸਿਹਤ ਵਿਭਾਗ ਆ ਜਿਹੜਾ ਸਿਹਤ ਵਿਭਾਗ ਓਪੀ ਸੋਨੀ ਨੂੰ ਦੇ ਦਿੱਤਾ ਗਿਆ ਜਿਸ ਤੇ ਪਹਿਲਾਂ ਬਲਵੀਰ ਸਿੰਘ ਸਿੱਧੂ ਸਨ ਪਰ ਹੁਣ ਉਹ ਵਿਭਾਗ ਆ ਜਿਹੜਾ ਡਿਪਟੀ ਸੀਐਮ ਸੰਭਾਲਣਗੇ ਓਪੀ ਸੋਨੀ ਜਿਹੜੇ ਉਹ ਸੰਭਾਲਣਗੇ ਇਸ ਤੋਂ ਇਲਾਵਾ ਜਿਹੜੇ ਨਵੇਂ ਮੰਤਰੀ ਨੇ ਉਹਨਾਂ ਨੂੰ ਕਿਹੜੇ ਕਿਹੜੇ ਵਿਭਾਗ ਸੌਂਪੇ ਗਏ ਨੇ ਰਾਜਕੁਮਾਰ ਵੇਰਕਾ ਰਾਜਕੁਮਾਰ ਵੇਰਕਾ ਸਮਾਜਿਕ ਨਿਆਂ ਤੇ ਅਨਸੂਚਿਤ ਮਹਿਕਮਾ ਸੰਭਾਲਣ ਅਜਿਕ ਨੇ ਆ ਤਨਸੂਚਿਤ ਮਹਿਕਮਾ ਰਾਜਕੁਮਾਰ ਵੇਰਕਾ ਨੂੰ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਕਾਕਾ ਰਣਦੀਪ ਸਿੰਘ ਕਾਕਾ ਰਣਦੀਪ ਸਿੰਘ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮਹਿਕਮਾ ਸੰਭਾਲਣਗੇ ਇਸ ਤੋਂ ਇਲਾਵਾ ਸੰਗਤ ਸਿੰਘ ਗਿੱਲ ਜੀਆ ਸੰਗਤ ਸਿੰਘ ਗਿੱਲ ਜੀਆ ਵਣ ਤੇ ਜੰਗਲਾਤ ਵਿਭਾਗ ਦੀ ਜ਼ਿੰਮੇਵਾਰੀ ਨਿਭਾਉਣਗੇ ਪ੍ਰਗਟ ਸਿੰਘ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪ੍ਰਗਟ ਸਿੰਘ ਖੇਡ ਮੰਤਰਾਲਾ ਸੰਭਾਲਣਗੇ ਐਨਆਰਆਈ ਮਾਮਲਿਆਂ ਨੂੰ ਦੇਖਣਗੇ ਇਸ ਤੋਂ ਇਲਾਵਾ ਸਕੂਲ ਤੇ ਉੱਚ ਸਿੱਖਿਆ ਦਾ ਜਿਹੜਾ ਪੂਰਾ ਜਿਹੜਾ ਪੂਰਾ ਦੇਖਣਗੇ ਜ਼ਿੰਮੇਵਾਰੀ ਦਿੱਤੀ ਗਈ ਹੈ ਪ੍ਰਗਟ ਸਿੰਘ ਨੂੰ ਦਿੱਤੀ ਗਈ ਹੈ ਖੇਡ ਵਿਭਾਗ ਦੀ ਕਿਉਂਕਿ ਖੇਡ ਵਿਭਾਗ ਨੂੰ ਲੈ ਕੇ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਆਸਰਾਈਆਂ ਸਨ ਕਿ ਇਹ ਵਿਭਾਗ ਪ੍ਰਗਟ ਸਿੰਘ ਨੂੰ ਦਿੱਤਾ ਜਾ ਸਕਦਾ ਪਰ ਪ੍ਰਗਟ ਸਿੰਘ ਨੂੰ ਖੇਡ ਵਿਭਾਗ ਦੇ ਨਾਲ ਨਾਲ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਐਨਆਰਆਈ ਮਾਮਲਿਆਂ ਨੂੰ ਦੇਖਣਗੇ ਇਸ ਤੋਂ ਇਲਾਵਾ ਸਕੂਲ ਤੇ ਉੱਚ ਸਿੱਖਿਆ ਦਾ ਪੂਰਾ ਪ੍ਰਬੰਧ ਦੇਖਣਗੇ ਜਦਕਿ ਅਮਰਿੰਦਰ ਸਿੰਘ ਰਾਜਾ ਵਢੇੰਗਾਂ ਬ੍ਰਿੰਦਰ ਸਿੰਘ ਰਾਜਾ ਵਣਿੰਗ ਨੂੰ ਉਹਨਾਂ ਦੀ ਮਨਪਸੰਦ ਵਿਭਾਗ ਹੈ ਜਿਹੜਾ ਉਹਨਾਂ ਦਾ ਉਹ ਦੇ ਦਿੱਤਾ ਗਿਆ ਟਰਾਂਸਪੋਰਟ ਵਿਭਾਗ ਦੀ ਉਹ ਮੰਗ ਕਰ ਰਹੇ ਸਨ ਕਹਿ ਰਹੇ ਸਨ ਕਿ ਜੇਕਰ ਮੈਂ ਟਰਾਂਸਪੋਰਟ ਮੰਤਰੀ ਬਣਾਗਾ ਤਾਂ ਵੱਡੇ ਬਦਲਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਪਰ ਹੁਣ ਉਹਨਾਂ ਨੂੰ ਉਹਨਾਂ ਦਾ ਪਸੰਦੀਦਾ ਵਿਭਾਗ ਹੈ ਜਿਹੜਾ ਟਰਾਂਸਪੋਰਟ ਵਿਭਾਗ ਉਹ ਦੇ ਦਿੱਤਾ ਗਿਆ ਦੂਜੇ ਪਾਸੇ ਗੁਰਕੀਰਤ ਸਿੰਘ ਕੋਟਲੀ ਦੀ ਗੱਲ ਕਰੀਏ ਤਾਂ ਗੁਰਸੀ ਗੁਰਕੀਰਤ ਸਿੰਘ ਕੋਟਲੀ ਨੂੰ ਇੰਡਸਟਰੀ ਤੇ ਕਾਮਰਸ ਵਿਭਾਗ ਦੇ ਦਿੱਤਾ ਗਿਆ ਗੁਰਕੀਰਤ ਸਿੰਘ ਕੋਟਲੀ ਇੰਡਸਟਰੀ ਵਿਭਾਗ ਹੈ ਜਿਹੜਾ ਉਹ ਸੰਭਾਲਣਗੇ ਜਦ ਕਿ ਸੇਤ ਮਹਿਕਮਾ ਜਿਹੜਾ ਪਹਿਲਾਂ ਬਲਵੇਰ ਸਿੱਧੂ ਦੇ ਕੋਲ ਸੀ ਉਹ ਹੁਣ ਸੋਨੀ ਨੂੰ ਦੇ ਦਿੱਤਾ ਗਿਆ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਹੜੇ ਕਿਹੜੇ ਮੰਤਰੀਆਂ ਨੂੰ ਕਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਪੂਰਾ ਵਿਜੀਲੈਂਸ ਉਹ ਦੇਖਣਗੇ ਇਸ ਤੋਂ ਇਲਾਵਾ ਜਨਰਲ ਐਡਮਿਨਿਸਟ੍ਰੇਸ਼ਨ ਹੈ ਸਾਰੀ ਉਹਨਾਂ ਦੇ ਅਧੀਨ ਹੈ ਜਸਟਿਸ ਇਸ ਤੋਂ ਇਲਾਵਾ ਲੀਗਲ ਐਂਡ ਲੈਜਿਸਲੇਟਿਵ ਅਫੇਅਰਸ ਨੇ ਜਿਹੜੇ ਉਹ ਸਾਰੇ ਚਰਨਜੀਤ ਸਿੰਘ ਚੰਨੀ ਦੇਖਣਗੇ ਜਦਕਿ ਸੁਖਜਿੰਦਰ ਰੰਦਾਵਾ ਡਿਪਟੀ ਸੀਐਮ ਨੇ ਜਿਹੜੇ ਹੋਮ ਅਫੇਅਰਸ ਦੇਖਣਗੇ ਕਾਰਪੋਰੇਸ਼ਨ ਪੂਰਾ ਦੇਖਣਗੇ ਤੇ ਜੇਲ ਵਿਭਾਗ ਨੂੰ ਵੀ ਸੁਖਜਿੰਦਰ ਰੰਦਾਵਾ ਦੇਖਣਗੇ ਪੂਰੇ ਜੇਲ ਵਿਭਾਗ ਨੂੰ ਦੇਖਣਗੇ ਜੇਕਰ ਓਪੀ ਸੋਨੀ ਦੀ ਗੱਲ ਕਰੀਏ ਤਾਂ ਹੈਲਥ ਐਂਡ ਫੈਮਿਲੀ ਵੈਲਫੇਅਰ ਦੇਖਣਗੇ ਡਿਫੈਂਸ ਜਿੰਨੇ ਵੀ ਡਿਫੈਂਸ ਸਰਵਿਸਿਜ਼ ਆ ਵੈਲਫੇਅਰ ਨੇ ਉਹ ਸਾਰੇ ਆਫਿਸ ਉਹਨੇ ਦੇ ਵੱਲੋਂ ਦੇਖੇ ਜਾਣਗੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਸ਼੍ਰੀ ਬ੍ਰਹਮੇਂਦਰਾ ਜਿਹੜੇ ਕਿ ਪਹਿਲਾਂ ਤੋਂ ਹੀ ਕੈਬਨਟ ਮਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਇਹ ਵੀ ਪਹਿਲਾਂ ਤੋਂ ਹੀ ਨੇ ਜਿਹੜੇ ਪਹਿਲਾਂ ਵਿਭਾਗਾ ਤੇ ਕੰਮ ਕਰ ਰਹੇ ਨੇ ਉਹੀ ਵਿਭਾਗਾ ਤੇ ਕੰਮ ਕਰਨਗੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਫਾਈਨਾਂਸ ਮੰਤਰੀ ਨੇ ਉਹਨਾਂ ਨੂੰ ਉਹੀ ਵਿਭਾਗ ਦੇ ਦਿੱਤਾ ਗਿਆ ਫਾਈਨਾਂਸ ਮੰਤਰੀ ਹੀ ਰਹਿਣਗੇ ਜਦ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਕਿ ਪਿੰਡੂ ਡਿਵੈਲਪਮੈਂਟ ਦਾ ਵਿਭਾਗ ਉਹਨਾਂ ਦੇ ਕੋਲ ਸੀ ਪੰਚਾਇਤੀ ਵਿਭਾਗ ਉਹਨਾਂ ਦੇ ਕੋਲ ਸੀ ਉਹੀ ਵਿਭਾਗ ਹੈ ਉਹਨਾਂ ਦੇ ਕੋਲ ਅਰੁਣਾ ਚੌਧਰੀ ਨੇ ਜਿਹੜੇ ਉਹ ਵੀ ਰੀਹੈਬਿਲੀਟੇਸ਼ਨ ਵਾਲੇ ਤੇ ਡਿਸਾਸਟਰ ਮੈਨੇਜਮੈਂਟ ਦਾ ਜਿੰਨਾ ਵੀ ਪ੍ਰਬੰਧ ਅਰੁਣਾ ਚੌਧਰੀ ਦੇਖ ਰਹੇ ਨੇ ਸੁਖਬਿੰਦਰ ਸਿੰਘ ਸਖ ਸਰਕਾਰੀਆਂ ਨੇ ਜਿਹੜੇ ਵਾਟਰ ਰਿਸੋਰਸਸ ਦਾ ਵਿਭਾਗ ਹੈ ਜਿਹੜਾ ਇਹਨਾਂ ਦੇ ਕੋਲ ਉਸੇ ਵਿਭਾਗ ਤੇ ਕੰਮ ਕਰ ਰਹੇ ਨੇ ਰਾਣਾ ਗੁਰਜੀਤ ਜੇਕਰ ਰਾਣਾ ਗੁਰਜੀਤ ਦੀ ਗੱਲ ਕਰੀਏ ਰਾਣਾ ਗੁਰਜੀਤ ਜਿਨ੍ਹਾਂ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ ਉਹ ਸੰਭਾਲਣਗੇ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀ ਟ੍ਰੇਨਿੰਗ ਹੈ ਜਿਹੜੀ ਉਹਨਾਂ ਦੇ ਅਧੀਨ ਰਹੇਗੀ ਇਸ ਤੋਂ ਇਲਾਵਾ এমਪਲॉयਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਇਨਾਂ ਦੇ ਅਧੀਨ ਰਹੇਗਾ ਜਿਹੜਾ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਲੈ ਕੇ ਵਿਵਾਦ ਪਖਿਆ ਰਿਹਾ ਸੀ ਜੋ ਜਦਕਿ ਸ਼੍ਰੀਮਤੀ ਰਜਿਆ ਸੁਲਤਾਨਾ ਨੇ ਜਿਹੜੇ ਪਹਿਲਾ ਲਾ ਵਿਭਾਗ ਆਪਣਾ ਸਾਹਮਣੇ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦਾ ਵਾਟਰ ਸਪਲਾਈ ਦਾ ਸੈਨੀਟੇਸ਼ਨ ਦਾ ਵਿਭਾਗ ਹੈ ਜਿਹੜਾ ਰਜਿਆ ਸੁਲਤਾਨਾ ਦੇ ਕੋਲ ਹੈ ਵਿਜੇਂਦਰ ਸਿੰਘਲਾ ਜਿਹੜੇ ਕਿ ਪਬਲਿਕ ਵਰਕਸ ਦਾ ਇਸ ਵੇਲੇ ਦੇਖ ਰਹੇ ਨੇ ਪੂਰਾ ਵਿਭਾਗ ਦੇਖ ਰਹੇ ਨੇ ਇਸ ਤੋਂ ਇਲਾਵਾ ਭਾਰਤ ਪੋਸ਼ਣ ਆਸ਼ੂ ਨੇ ਜਿਹੜੇ ਫੂਡ ਐਂਡ ਸਿਵਲ ਸਪਲਾਈ ਦਾ ਵਿਭਾਗ ਹੈ ਜਿਹੜਾ ਦੇਖ ਰਹੇ ਨੇ ਜਦਕਿ ਰਣਦੀਪ ਸਿੰਘ ਨਾਬਾ ਨੇ ਜਿਹੜੇ ਉਹਨਾਂ ਨੂੰ ਖੇਤੀਬਾੜੀ ਮਹਿਕਮਾ ਦੇ ਦਿੱਤਾ ਗਿਆ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਹੈ ਜਿਹੜਾ ਫੂਡ ਪ੍ਰੋਸੈਸਿੰਗ ਦਾ ਸਾਰਾ ਵਿਭਾਗ ਹੈ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਰਨਦੀਪ ਸਿੰਘ ਨਾਬਾ ਨੂੰ ਦੇ ਦਿੱਤਾ ਗਿਆ ਜਦਕਿ ਰਾਜਕੁਮਾਰ ਵੇਰਕਾ ਨੇ ਜਿਹੜੇ ਸੋਸ਼ਲ ਜਸਟਿਸ ਦਾ ਵਿਭਾਗ ਹੈ ਜਿਹੜਾ ਉਹਨਾਂ ਨੂੰ ਸੌਂਪ ਦਿੱਤਾ ਗਿਆ ਸੋਸ਼ਲ ਜਸਟਿਸ ਦੇਖਣਗੇ ਮੈਡੀਕਲ এডਿਕੇਸ਼ਨ ਐਂਡ ਰਿਸਰਚ ਹੈ ਜਿਹੜੀ ਉਹ ਵੀ ਰਾਜਕੁਮਾਰ ਵੇਰਕਾ ਨੇ ਜਿਹੜੇ ਉਹ ਉਹ ਦੇਖਣਗੇ ਸਮਾਜਿਕ ਨਿਆ ਤਿੰਨ ਸੂਚਿਤ ਮਹਿਕਮੇ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਜਦਕਿ ਸੰਗਤ ਸਿੰਘ ਗਿਲਜੀਆ ਨੇ ਜਿਹੜੇ ਸੰਗਤ ਸਿੰਘ ਗਿਲਜੀਆ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵਾਈਲਡ ਲਾਈਫ ਦਾ ਉਹਨਾਂ ਨੂੰ ਫੋਰੈਸਟ ਵਿਭਾਗ ਦਾ ਜੰਗਲਾਤ ਮਹਿਕਮਾ ਜਿਹੜਾ ਸੰਗਤ ਸਿੰਘ ਗਿਲਜੀਆ ਨੂੰ ਦਿੱਤਾ ਗਿਆ ਜਦਕਿ ਪ੍ਰਗਟ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਪ੍ਰਗਟ ਸਿੰਘ ਨੂੰ ਦਿੱਤੀਆਂ ਗਈਆਂ ਨੇ ਸਕੂਲ ਐਜੂਕੇਸ਼ਨ ਹਾਇਰ ਐਜੂਕੇਸ਼ਨ سپورٹس ਐਂਡ ਐਂਡ ਯੂਥ ਸਰਵਿਸਿਜ਼ ਐਨ ਆਰ ਆਈ ਅਫੇਅਰਸ ਇਹ ਸਾਰੇ ਵਿਭਾਗ ਨੇ ਜਿਹੜੇ ਪ੍ਰਗਟ ਸਿੰਘ ਨੂੰ ਦੇ ਦਿੱਤੇ ਗਏ ਨੇ ਜਦਕਿ ਰਾਜਾ ਵੜਿੰਗ ਰਾਜਾ ਵੜਿੰਗ ਟਰਾਂਸਪੋਰਟ ਵਿਭਾਗ ਦੇਖਣਗੇ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਰਾਜਾ ਵੜਿੰਗ ਕਹਿ ਰਹੇ ਸਨ ਕਿ ਉਹਨਾਂ ਦਾ ਪਸੰਦੀਦਾ ਵਿਭਾਗ ਹੈ ਪਰ ਆਖਰਕਾਰ ਰਾਜਾ ਵੜਿੰਗ ਦੀ ਸੁਣੀ ਗਈ ਹੈ ਰਾਜਾ ਵੜਿੰਗ ਨੂੰ ਉਹਨਾਂ ਦੀ ਪਸੰਦੀਦਾ ਵਿਭਾਗ ਦੇ ਦਿੱਤਾ ਗਿਆ ਗੁਰਕੀਰਤ ਕੋਟਲੀ ਨੇ ਜਿਹੜੇ ਇੰਡਸਟਰੀਜ਼ ਐਂਡ ਕਾਮਰਸ ਵਿਭਾਗ ਹੈ ਜਿਹੜਾ ਉਹ ਦੇਖਣਗੇ ਇਨਫੋਰਮੇਸ਼ਨ ਟੈਕਨੋਲੋਜੀ ਸਾਇੰਸ ਐਂਡ ਟੈਕਨੋਲੋਜੀ ਗੁਰਕੀਰਤ ਕੋਟਲੀ ਨੂੰ ਦੇ ਦਿੱਤੇ ਗਏ ਨੇ ਨਵੀਂ ਸਰਕਾਰ ਦੇ ਵਿੱਚ ਜੋ ਵਿਭਾਗਾ ਦੀ ਵੰਡ ਹੋਈ ਹੈ ਉਹ ਤੁਹਾਨੂੰ ਦੱਸ ਰਹੇ ਆ ਕਿ ਵਿਭਾਗ ਨੇ ਜਿਹੜੇ ਵੰਡੇ ਜਾ ਚੁੱਕੇ ਨੇ ਇਹ ਵਿਭਾਗ ਵੰਡ ਉਹ ਬਾਤ ਜਿਹੜਾ ਕਿ ਵਿਜੀਲੈਂਸ ਵਿਭਾਗ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਕੋਲ ਰੱਖਿਆ ਗਿਆ ਵਿਜੀਲੈਂਸ ਦਾ ਵਿਭਾਗ ਤੇ ਇਸ ਪੂਰੇ ਵਿਭਾਗੇ ਨੂੰ ਆਪ ਦੇਖਣਗੇ ਚਰਨਜੀਤ ਸਿੰਘ ਚੰਨੀ ਜਦਕਿ ਦੂਜੇ ਪਾਸੇ ਬਾਕੀ ਵਿਭਾਗ ਨੇ ਜਿਹੜੇ ਜਿਹੜੇ ਕਿ ਪੁਰਾਣੇ ਹਟਾਏ ਗਏ ਨੇ ਨਵੇਂ ਲਗਾਏ ਗਏ ਨੇ ਤੇ ਨਵਿਆਂ ਨੂੰ ਜਿਹੜੇ ਵਿਭਾਗ ਦਿੱਤੇ ਗਏ ਨੇ ਉਹ ਤੁਹਾਨੂੰ ਦੱਸ ਰਹੇ ਆ ਕਿ ਕਿਹੜਾ ਵਿਭਾਗ ਕਿਸ ਮੰਤਰੀ ਦੇ ਹਿੱਸੇ ਆਇਆ ਗ੍ਰਹਿ ਮੰਤਰਾਲਾ ਜਿਹੜਾ ਸੁਖਜਿੰਦਰ ਰੰਦਾਵਾ ਡਿਪਟੀ ਸੀਐਮ ਨੇ ਜਿਹੜੇ ਉਹਨਾਂ ਦੇ ਹਿੱਸੇ ਆਇਆ ਡਿਪਟੀ ਸੀਐਮ ਦੇ ਹਿੱਸੇ ਆਇਆ ਗ੍ਰਹਿ ਮੰਤਰਾਲਾ ਇੱਕ ਵੱਡਾ ਵਿਭਾਗ ਹੈ ਗ੍ਰਹਿ ਮੰਤਰਾਲੇ ਦਾ ਸਾਰਾ ਪੰਜਾਬ ਦਾ ਪੂਰਾ ਪ੍ਰਬੰਧ ਹੈ ਜਿਹੜਾ ਉਹ ਸੇ ਦੇਖ ਰਿਖਿਆ ਜਿਹੜੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਜਾਏਗੀ ਸੁਖਜਿੰਦਰ ਰੰਦਾਵਾ ਜਦਕਿ ਸਿਹਤ ਮਹਿਕਮਾ ਜਿਹੜਾ ਬਲਵੀਰ ਸਿੰਘ ਸਿੱਧੂ ਸਾਹ ਨੇ ਇਸ ਮੈਕ ਵਿੱਚ ਤੇ ਪਹਿਲਾਂ ਵੱਡੇ ਸਵਾਲ ਉੱਠ ਰਹੇ ਸਨ ਉਸ ਵੇਲੇ ਸਿਹਤ ਸਹੂਲਤਾਂ ਨੂੰ ਲੈ ਕੇ ਸੂਬੇ ਦੇ ਵਿੱਚ ਪਰ ਹੁਣ ਓਪੀ ਸੋਨੀ ਨੇ ਜਿਹੜੇ ਡਿਪਟੀ ਸੀਐਮ ਨੇ ਡਿਪਟੀ ਸੀਐਮ ਨੂੰ ਦੇ ਦਿੱਤਾ ਗਿਆ ਇਹ ਵਿਭਾਗ ਹੁਣ ਦੇਖਣਾ ਹੋਏਗਾ ਕਿ ਸਿਹਤ ਸਹੂਲਤਾਂ ਦੇ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਹੋਣ ਦੀ ਆਸ ਹੈ ਜਿਹੜੀ ਕਿਸ ਤਰ੍ਹਾਂ ਦੇ ਸੁਧਾਰ ਹੋ ਸਕਦੇ ਨੇ ਜਿਹੜੇ ਸਿਹਤ ਵਿਭਾਗ ਦੀਆਂ ਨਿਰਾਸ਼ਗੀਆਂ ਸਨ ਕਿਵੇਂ ਦੂਰ ਕਰਨਗੇ ਓਪੀ ਸੋਨੀ ਇਹ ਦੇਖਣਾ ਹੋਏਗਾ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇਕਰ ਪੰਜਾਬ ਦੇ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਧਰਨੇ ਮੁਜ਼ਾਰੇ ਲੱਗਦੇ ਰਹੇ ਨੇ ਸਰਕਾਰੀ ਡਾਕਟਰ ਨੇ ਜਿਹੜੇ ਹੜਤਾਲਾ ਤੇ ਰਹੇ ਨੇ ਪਰ ਹੁਣ ਕੀ ਇਨਸਾਫ ਕੀਤਾ ਜਾਏਗਾ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਜੋ ਵੀ ਸਮੱਸਿਆਵਾਂ ਰਹੀਆਂ ਸੀ ਕਿਵੇਂ ਹੱਲ ਨੇ ਜਿਹੜੇ ਉਹ ਕੱਢੇ ਜਾਣਗੇ ਜਦਕਿ ਰਾਜਕੁਮਾਰ ਵੇਰਕਾ ਦੀ ਗੱਲ ਕਰੀਏ ਤਾਂ ਰਾਜਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਦਾ ਵਿਭਾਗ ਦਿੱਤਾ ਗਿਆ ਤੇ ਅਨਸੂਚਿਤ ਜਾਤੀਆਂ ਦਾ ਜਿਹੜਾ ਅਨਸੂਚਿਤ ਵਿਭਾਗ ਹੈ ਉਹ ਦਿੱਤਾ ਗਿਆ ਜੋ ਵੀ ਅਨਸੂਚਿਤ ਜਾਤੀਆਂ ਦੇ ਨਾਲ ਸਬੰਧਿਤ ਮਾਮਲੇ ਹੋਣਗੇ ਡਾਕਟਰ ਰਾਜਕੁਮਾਰ ਵੇਰਕਾ ਦੇ ਵੱਲੋਂ ਦੇਖੇ ਜਾਣਗੇ ਡਾਕਟਰ ਰਾਜਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਦਾ ਵਿਭਾਗ ਜਿਹੜਾ ਦਿੱਤਾ ਗਿਆ ਜਦਕਿ ਕਾਕਾ ਰਣਦੀਪ ਸਿੰਘ ਕਾਕਾ ਰਣਦੀਪ ਸਿੰਘ ਖੇਤੀਬਾੜੀ ਤੇ ਫੂਲ ਦ ਪ੍ਰੋਸੈਸਿੰਗ ਮਹਿਕਮਾ ਸੰਭਾਲਣਗੇ ਖੇਤੀਬਾੜੀ ਮਹਿਕਮਾ ਕਾਕਾ ਰਣਦੀਪ ਸਿੰਘ ਦੇ ਅਧੀਨ ਹੈ ਕਿਉਂਕਿ ਇਸ ਵੇਲੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਖੇਤੀ ਵੈਸੇ ਹੀ ਸੰਕਟ ਦੇ ਵਿੱਚ ਹੈ ਪੰਜਾਬ ਦੀ ਕਾਕਾ ਰਣਦੀਪ ਸਿੰਘ ਨੇ ਜਿਹੜੇ ਖੇਤੀਬਾੜੀ ਵਿਭਾਗ ਨੂੰ ਸੰਭਾਲਣਗੇ ਸੰਗਤ ਸਿੰਘ ਗਿਲਚੀਆਂ ਜੰਗਲਾਤ ਤੇ ਵਣ ਮਹਿਕਮਾ ਜਿਹੜਾ ਉਸ ਮਹਿਕਮੇ ਨੂੰ ਸੰਭਾਲਣਗੇ ਜਦਕਿ ਪ੍ਰਗਟ ਸਿੰਘ ਨੇ ਚਾਰ ਮਹਿਕਮੇ ਪ੍ਰਗਟ ਸਿੰਘ ਨੂੰ ਦਿੱਤੇ ਗਏ ਨੇ ਖੇਡ ਮਹਿਕਮਾ ਜਿਸ ਦੇ ਬਾਰੇ ਕਿ ਕਿਆ ਸਰਾਈਆਂ ਕੀਤੀਆਂ ਜਾ ਰਹੀਆਂ ਸਨ ਕਿ ਖੇਡ ਮਹਿਕਮਾ ਉਹਨਾਂ ਨੂੰ ਦਿੱਤਾ ਦਿੱਤਾ ਜਾ ਸਕਦਾ ਕਿਹੜ ਮਹਿਕਮੇ ਦੇ ਨਾਲ ਨਾਲ ਸਕੂਲ ਤੇ ਉੱਚ ਸਿੱਖਿਆ ਦਾ ਮਹਿਕਮਾ ਵੀ ਪ੍ਰਗਟ ਸਿੰਘ ਨੂੰ ਦਿੱਤਾ ਗਿਆ ਹੈ ਇਹ ਵੱਡੀ ਚੁਣੌਤੀ ਵੀ ਆ ਪ੍ਰਗਟ ਸਿੰਘ ਦੇ ਸਾਹਮਣੇ ਕਿਉਂਕਿ ਇਸ ਵੇਲੇ ਪੂਰੇ ਸੂਬੇ ਦੇ ਵਿੱਚ ਅਧਿਆਪਕ ਨੇ ਜਿਹੜੇ ਸੜਕਾਂ ਤੇ ਨੇ ਅੱਜ ਵੀ ਜਿਹੜਾ ਅਧਿਆਪਕਾਂ ਦੇ ਵੱਲੋਂ ਐਲਾਨ ਕੀਤਾ ਗਿਆ ਅੱਜ ਵੀ ਪ੍ਰੋਟੈਸਟ ਕਰ ਰਹੇ ਨੇ ਅਧਿਆਪਕ ਨਵੇਂ ਸੀਐਮ ਨੇ ਜਿਹੜੇ ਉਹਨਾਂ ਦੇ ਘਰ ਦੇ ਬਾਹਰ ਕਹਿ ਰਹੇ ਨੇ ਕਿ ਪ੍ਰਦਰਸ਼ਨ ਕਰਨ ਜਾ ਰਹੇ ਨੇ ਪਰ ਜਿਹੜਾ ਇਹ ਮਹਿਕਮਾ ਪ੍ਰਗਟ ਸਿੰਘ ਨੂੰ ਦਿੱਤਾ ਗਿਆ ਇੱਕ ਵੱਡੀ ਚੁਣੌਤੀ ਵੀ ਆ ਪ੍ਰਗਟ ਸਿੰਘ ਦੇ ਸਾਹਮਣੇ ਕਿਉਂਕਿ ਜਿਹੜਾ ਐਜੂਕੇਸ਼ਨ ਵਿਭਾਗ ਹੈ ਐਜੂਕੇਸ਼ਨ ਵਿਭਾਗ ਵੀ ਸਹਿਤ ਵਿਭਾਗ ਦੇ ਵੰਗ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਜਾਂ ਕਿ ਤ੍ਰਿਪਤ ਬਾਜਵਾਦੀ ਗੱਲ ਕਰੀਏ ਤਾਂ ਉਹਨਾਂ ਨੂੰ ਪੈਂਡੂ ਜਿਹੜਾ ਮੰਤਰਾਲਾ ਹੈ ਪੈਂਡੂ ਮੰਤਰਾਲਾ ਹੈ ਜਿਹੜਾ ਵਿਕਾਸ ਮੰਤਰਾਲਾ ਉਹ ਮੰਤਰਾਲਾ ਦਿੱਤਾ ਗਿਆ ਹੈ ਦੂਜੇ ਪਾਸੇ ਵਿਜੇਂਦਰ ਸਿੰਘਲਾ ਨੇ ਜਿਹੜੇ ਪਬਲਿਕ ਵਰਕਸ ਵਿਭਾਗ ਨੂੰ ਦੇਖਣਗੇ ਇਸ ਤੋਂ ਇਲਾਵਾ ਕੋਟਲੀ ਗੁਰਕੀਰਤ ਕੋਟਲੀ ਇੰਡਸਟਰੀ ਤੇ ਕਾਮਰਸ ਵਿਭਾਗ ਨੂੰ ਦੇਖਣਗੇ ਸਾਇੰਸ ਐਂਡ ਟੈਕਨੋਲੋਜੀ ਦਾ ਜੋ ਵੀ ਵਿਭਾਗ ਹੈ ਗੁਰਕੀਰਤ ਕੋਟਲੀ ਨੂੰ ਦਿੱਤਾ ਗਿਆ ਜਿਹੜਾ ਨਵਾਂ ਪੋਰਟਫੋਲੀਓ ਹੈ ਉਹ ਸਾਹਮਣੇ ਆ ਚੁੱਕਿਆ ਨਵੀਂ ਕੈਬਨਿਟ ਦਾ ਪੋਰਟਫੋਲੀਓ ਦਾ ਇੰਤਜ਼ਾਰ ਸੀ ਸਾਰੇ ਮੰਤਰੀ ਮੰਡਲ ਨੂੰ ਇੰਤਜ਼ਾਰ ਸੀ ਪਰ ਆਖਰਕਾਰ ਸਾਹਮਣੇ ਆ ਗਿਆ ਨਵਾਂ ਪੋਰਟਫੋਲੀਓ ਜਿਸ ਦੇ ਅਧੀਨ ਵੱਖ-ਵੱਖ ਮੰਤਰੀ ਨੇ ਜਿਹੜੇ ਉਹਨਾਂ ਨੂੰ ਵੱਖ-ਵੱਖ ਵਿਭਾਗ ਨੇ ਜਿਹੜੇ ਉਹ ਸੌਂਪੇ ਗਏ ਨੇ ਉਹਨਾਂ ਵਿਭਾਗਾਂ ਦੀ ਗੱਲ ਕਰੀਏ ਤਾਂ ਭਾਰਤ ਪੋਸ਼ਣ ਆਸ਼ੂ ਨੇ ਜਿਹੜੇ ਫੂਡ ਤੇ ਉਪਭੋਗਤਾ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਤੇ ਰਜੀਆਂ ਸੁਲਤਾਨਾ ਨੇ ਜਿਹੜੇ ਵਾਟਰ ਸਪਲਾਈ ਵਿਭਾਗ ਹੈ ਜਿਹੜਾ ਉਹ ਦੇਖ ਰਹੇ ਨੇ ਤੇ ਪਿੰਡੂ ਵਿਕਾਸ ਦਾ ਮਹਿਕਮਾ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਲ ਹੈ ਜਦਕਿ ਕਾਕਾ ਗੁਰਜੀਤ ਨੂੰ ਤਕਨੀਕੀ ਸਿੱਖਿਆ ਤੇ ਰੁਜ਼ਗਾਰ ਵਿਭਾਗ ਹੈ ਜਿਹੜਾ ਕਾਕਾ ਗੁਰਜੀਤ ਨੂੰ ਦਿੱਤਾ ਗਿਆ ਖੇਤੀਬਾੜੀ ਵਿਭਾਗ ਹੈ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮਹਿਕਮਾ ਹੈ ਜਿਹੜਾ ਉਹ ਕਾਕਾ ਰਣਦੀਪ ਸਿੰਘ ਨੂੰ ਦਿੱਤਾ ਗਿਆ ਭਾਰਤ ਪੋਸ਼ਣ ਅਸ਼ੂ ਨੂੰ ਫੂਡ ਅਤੇ ਉਪਭੋਗਤਾ ਵਿਭਾਗ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸੌਂਪੀ ਗਈ ਹੈ ਜਦਕਿ ਵਾਕਵਾਕ ਜ਼ਿੰਮੇਵਾਰੀਆਂ ਨੇ ਜਿਹੜੀਆਂ ਨਵੀਂ ਸਰਕਾਰ ਦੇ ਵਿੱਚ ਦਿੱਤੀਆਂ ਗਈਆਂ ਨੇ ਜੇਕਰ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਪਹਿਲਾਂ ਹੀ ਪੰਜਾਬ ਦੇ ਫਾਈਨਾਂਸ ਮੰਤਰੀ ਨੇ ਵਿੱਤ ਮੰਤਰੀ ਨੇ ਖਜ਼ਾਨਾ ਪੰਜਾਬ ਦਾ ਦੇਖ ਰਹੇ ਨੇ ਵਿਜੇਂਦਰ ਸਿੰਘਲਾ ਨੇ ਜਿਹੜੇ ਪਬਲਿਕ ਵਰਕਸ ਵਿਭਾਗ ਵਿਜੇਂਦਰ ਸਿੰਘਲਾ ਨੂੰ ਦਿੱਤਾ ਗਿਆ ਪਹਿਲਾਂ ਸਿੱਖਿਆ ਮੰਤਰੀ ਹੁੰਦੇ ਸਨ ਪਰ ਉਹਨਾਂ ਨੂੰ ਜਿਹੜਾ ਵਿਭਾਗ ਦਿੱਤਾ ਗਿਆ ਪਬਲਿਕ ਸਰਵਿਸ ਦਾ ਰਜਿਆ ਸੁਲਤਾਨਾ ਨੂੰ ওয়াটার ਸਪਲਾਈ ਤੇ ਮਹਿਲਾ ਬਾਲ ਵਿਕਾਸ ਵਿਭਾਗ ਹੈ ਜਿਹੜਾ ਰਜਿਆ ਸੁਲਤਾਨਾ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਗਟ ਸਿੰਘ ਦੇ ਹਿੱਸੇ ਚਾਰ ਜਿਹੜੇ ਵਿਭਾਗ ਆਏ ਨੇ ਰਾਣਾ ਗੁਰਜੀਤ ਨੂੰ ਤਕਨੀਕੀ ਸਿੱਖਿਆ ਤੇ ਰੋਜ਼ਗਾਰ ਵਿਭਾਗ ਹੈ ਜਿਹੜਾ ਰੋਜ਼ਗਾਰ ਪੰਜਾਬ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਇਸ ਵੇਲੇ ਤੇ ਰੋਜ਼ਗਾਰ ਵਿਭਾਗ ਹੈ ਜਿਹੜਾ ਰਾਣਾ ਗੁਰਜੀਤ ਨੂੰ ਦੇ ਦਿੱਤਾ ਗਿਆ ਜਦਕਿ ਸੰਘਾ ਸੰਘਿਲੀਆਂ ਨੂੰ ਜੰਗਲਾਤ ਤੇ ਵਣ ਮਹਿਕਮਾ ਜਿਹੜਾ ਉਹ ਦਿੱਤਾ ਗਿਆ ਕੁਝ ਪੁਰਾਣੇ ਵਿਭਾਗ ਉਸੇ ਤਰ੍ਹਾਂ ਹੀ ਰਹਿਣ ਦਿੱਤੇ ਗਏ ਨੇ ਪਰ ਜਿਹੜਾ ਨਵਾਂ ਬਦਲ ਹੋਇਆ ਪੰਜਾਬ ਦੀ ਨਵੀਂ ਕੈਬਨਿਟ ਬਣੀ ਹੈ ਉਸ ਕੈਬਨਿਟ ਦੇ ਅਨੁਸਾਰ ਜਿਹੜੇ ਵਿਭਾਗਾਂ ਦੀ ਵੰਡ ਹੋਈ ਹੈ ਤੁਹਾਨੂੰ ਦਿਖਾ ਰਹੇ ਹਾਂ ਰਾਣਾ ਗੁਰਜੀਤ ਨੂੰ ਤਕਨੀਕੀ ਸਿੱਖਿਆ ਤੇ ਰੁਜ਼ਗਾਰ ਦਾ ਵਿਭਾਗ ਹੈ ਜਿਹੜਾ ਰਾਣਾ ਗੁਰਜੀਤ ਨੂੰ ਦਿੱਤਾ ਗਿਆ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਹੜੇ-ਕਿਹੜੇ ਮਹਿਕਮੇ ਵੰਡੇ ਗਏ ਨੇ ਕਿਹੜੇ ਮੰਤਰੀਆਂ ਨੂੰ ਦਿੱਤੇ ਗਏ ਨੇ ਜਦਕਿ ਸੁਖਜਿੰਦਰ ਰੰਧਾਵਾ ਨੇ ਜਿਹੜੇ ਸੁਖਜਿੰਦਰ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਨੇ ਗ੍ਰਹਿ ਮੰਤਰਾਲਾ ਪੂਰਾ ਪੰਜਾਬ ਦਾ ਦੇਖਣਗੇ ਦੂਜੇ ਪਾਸੇ ਪੰਜਾਬ ਦੇ ਸੀਐਮ ਦੇ ਵੱਲੋਂ ਵਿਜੀਲੈਂਸ ਵਿਜੀਲੈਂਸ ਮਹਿਕਮਾ ਜਿਹੜਾ ਆਪ ਸੰਭਾਲਿਆ ਜਾ ਰਿਹਾ ਹੈ ਜਦਕਿ ਓਪੀ ਸੋਨੀ ਜਿਹੜੇ ਕਿ ਡਿਪਟੀ ਸੀਐਮ ਨੇ ਡਿਪਟੀ ਸੀਐਮ ਦੇ ਵੱਲੋਂ ਸਿਹਤ ਮਹਿਕਮੇ ਜਿਹੜਾ ਉਸ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਤੋਂ ਇਲਾਵਾ ਡਿਫੈਂਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੂੰ ਦੇ ਦਿੱਤੀ ਗਈ ਹੈ ਓਪੀ ਸੋਨੀ ਨੂੰ ਰਾਜਕੁਮਾਰ ਵੇਰਕਾ ਨੇ ਜਿਹੜੇ ਸਮਾਜਿਕ ਨਿਆਂ ਤਨसूਚਿਤ ਮਹਿਕਮਾ ਜਿਹੜਾ ਰਾਜਕੁਮਾਰ ਵੇਰਕਾ ਦੇਖਣਗੇ ਸਮਾਜਿਕ ਨਿਆਂ ਦਾ ਮਹਿਕਮਾ ਦੇਖਣਗੇ ਕਾਕਾ ਰਣਦੀਪ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮਹਿਕਮਾ ਇਹੋ ਨਵੇਂ ਚਿਹਰੇ ਨੇ ਜਿਹੜੇ ਨਵੇਂ ਚਿਹਰੇ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਸੰਗਤ ਸਿੰਘ ਗਿਲਜਿਆ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਜੰਗਲਾਤ ਤੇ ਵਣ ਵਣ ਮਹਿਕਮਾ ਜਿਹੜਾ ਉਹ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਪ੍ਰਗਟ ਸਿੰਘ ਖੇੜ ਮੰਤਰੀ ਹੋਣਗੇ ਇਸ ਤੋਂ ਇਲਾਵਾ ਐਨ ਆਰ ਆਈ ਮਾਮਲਿਆਂ ਨੂੰ ਦੇਖਣਗੇ ਐਨ ਆਰ ਆਈ ਮਾਮਲੇ ਦੇ ਨਾਲ ਨਾਲ ਸਕੂਲ ਤੇ ਉੱਚ ਸਿੱਖਿਆ ਨੂੰ ਵੀ ਦੇਖਣਗੇ ਪ੍ਰਗਟ ਸਿੰਘ ਰਾਜਾ ਵੜਿੰਗ ਨੂੰ ਉਹਨਾਂ ਦਾ ਮਨਪਸੰਦ ਦਾ ਵਿਭਾਗ ਮਿਲ ਗਿਆ ਰਾਜਾ ਵੜਿੰਗ ਪਹਿਲਾਂ ਵੀ ਟਰਾਂਸਪੋਰਟ ਵਿਭਾਗ ਲੈਣਾ ਚਾਹੁੰਦੇ ਸਨ ਕਹਿ ਰਹੇ ਸਨ ਕਿ ਮੈਂ ਵੱਡੇ ਬਦਲ ਕਰਾਂਗਾ ਸੁਧਾਰ ਕਰਾਂਗਾ ਵੱਡਾ ਜੇਕਰ ਮੈਨੂੰ ਟਰਾਂਸਪੋਰਟ ਵਿਭਾਗ ਮਿਲਦਾ ਪਰ ਦੇਖਣਾ ਹੋਵੇਗਾ ਕਿ ਰਾਜਾ ਵੜਿੰਗ ਵੱਡਾ ਕੀ ਕਰਨਗੇ ਜਿਹੜੀ ਜੜੀਆਂ ਗੱਲਾਂ ਤੇ ਦਾਅਵੇ ਕੀਤੇਗੇ ਸਨ ਰਾਜਾ ਵੜਿੰਗ ਦੇ ਵੱਲੋਂ ਕੀ ਉਹਨਾਂ ਦਾਅਵਿਆਂ ਤੇ ਪੂਰਾ ਉਤਰਨਗੇ ਕਿਹਾ ਗਿਆ ਸੀ ਕਿ ਮੈਂ ਵੱਡਾ ਬਦਲਾਅ ਗਾ ਸੁਧਾਰ ਕਰਾਂਗਾ ਕਿਸ ਤਰ੍ਹਾਂ ਦੇ ਸੁਧਾਰ ਕਰਨਗੇ ਰਾਜਾ ਵੜਿੰਗ ਤੇ ਇਹ ਹੈ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਟ ਤੇ ਉਹਨਾਂ ਦੀ ਨਵੀਂ ਕੈਬਨਟ ਇਸ ਵੇਲੇ ਸਾਰੀ ਕੈਬਨਟ ਦੇ ਵਿੱਚ ਵਿਭਾਗਾ ਦੀ ਵੰਡ ਹੋ ਚੁੱਕੀ ਹੈ ਬੀਤੇ ਕੱਲ ਹੀ ਦਫ਼ਤਰ ਵੰਡੇ ਗਏ ਸਨ ਕਿ ਕਿਹੜਾ ਮੰਤਰੀ ਕਿਹੜੇ ਦਫ਼ਤਰ 'ਚ ਬੈਠੇਗਾ ਪਰ ਹੁਣ ਵਿਭਾਗ ਵੰਡੇ ਗਏ ਨੇ ਕਿ ਕਿਸ ਵਿਭਾਗ ਦੀ ਜ਼ਿੰਮੇਵਾਰੀ ਕਿਹੜਾ ਮੰਤਰੀ ਹੈ ਜਿਹੜਾ ਉਹ ਸੰਭਾਲਣ ਜਾ ਰਿਹਾ ਹੈ ਉਹ ਵਿਭਾਗਾ ਦੇ ਬਾਰੇ ਤੁਹਾਨੂੰ ਦੱਸ ਰਿਹਾ ਵਿਜੀਲੈਂਸ ਦਾ ਮਹਿਕਮਾ ਹੈ ਜਿਹੜਾ ਪੂਰੇ ਦਾ ਪੂਰਾ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੰਭਾਲਣਗੇ ਡਿਪਟੀ ਸੀਐਮ ਨੇ ਸੁਖਚਿੰਦਰ ਰੰਦਾਵਾ ਗ੍ਰਹਿ ਮੰਤਰਾਲਾ ਸੰਭਾਲਣਗੇ ਓਪੀ ਸੋਨੀ ਸਿੱਤ ਵਿਭਾਗ ਤੇ ਡਿਫੈਂਸ ਦਾ ਮਹਿਕਮਾ ਜਿਹੜਾ ਪੰਜਾਬ ਦਾ ਡਿਫੈਂਸ ਮਹਿਕਮਾ ਓਪੀ ਸੋਨੀ ਨੇ ਜਿਹੜੇ ਉਹ ਸੰਭਾਲਣਗੇ ਇਸ ਤੋਂ ਇਲਾਵਾ ਕਾਕਾ ਰਮਦੀਪ ਸਿੰਘ ਜਿਹੜੇ ਹੈਗੇ ਨੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮਹਿਕਮਾ ਸੰਭਾਲਣਗੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਦਾ ਵਿਭਾਗ ਹੈ ਜਿਹੜਾ ਉਹ ਦਿੱਤਾ ਗਿਆ ਕਾਕਾ ਰੰਦੀਪ ਸਿੰਘ ਨੂੰ ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਨੇ ਜਿਹੜੇ ਸੰਗਤ ਸਿੰਘ ਗਿਲਜੀਆਂ ਸੰਭਾਲਣਗੇ ਜੰਗਲਾਤ ਤੇ ਵਣ ਮੈਕਮਾ ਪ੍ਰਗਟ ਸਿੰਘ ਚਾਰ ਵਿਭਾਗਾ ਦੀ ਦੇਖਰੇ ਕਰਨਗੇ ਖੇੜ ਖੇੜ ਵਿਭਾਗ ਹੈ ਐਨ ਆਰ ਆਈ ਮਾਮਲੇ ਨੇ ਸਕੂਲ ਤੇ ਉੱਚ ਸਿੱਖਿਆ ਦਾ ਜਿਹੜਾ ਪੂਰਾ ਵਿਭਾਗ ਹੈ ਉਹ ਦੇਖਣਗੇ ਸਕੂਲ এডਿਕੇਸ਼ਨ ਤੇ ਹਾਇਰ এডਿਕੇਸ਼ਨ ਆ ਪੂਰੀ ਜਿਹੜੀ ਕਿਉਂਕਿ ਇਹ ਇੱਕ ਵੱਡਾ ਚੈਲੰਜ ਵੀ ਆ ਪ੍ਰਗਟ ਸਿੰਘ ਦੇ ਸਾਹਮਣੇ ਕਿ ਜਿਹੜੇ ਸਕੂਲ ਅਧਿਆਪਕ ਨੇ ਸਕੂਲਾਂ ਦੇ ਅਧਿਆਪਕਾਂ ਦੇ ਵੱਲੋਂ ਜੋ ਤਰਨੇ ਮਜ਼ਾਰੇ ਨੇ ਜੋ ਨਦੀਆਂ ਮੰਗਾ ਤੇ ਮਸਲਿਆਂ ਨੂੰ ਕਿਵੇਂ ਮੁਖਾਤਬ ਹੋਣਗੇ ਪ੍ਰਗਟ ਸਿੰਘ ਇਹ ਉਹਨਾਂ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਵੀ ਹੈ ਇਸ ਤੋਂ ਇਲਾਵਾ ਗੁਰਕੀਰਤ ਕੋਟਲੀ ਨੇ ਜਿਹੜੇ ਇੰਡਸਟਰੀ ਤੇ ਕਾਮਰਸ ਵਿਭਾਗ ਹੈ ਜਿਹੜਾ ਉਹ ਵਿਭਾਗ ਸਾਂਭਣਗੇ ਨਵੀਂ ਸਰਕਾਰ ਦੇ ਜੋ ਵਿਭਾਗਾ ਦੀ ਵੰਡ ਹੋਈ ਹੈ ਉਹ ਤੁਹਾਨੂੰ ਦੱਸ ਰਹੇ ਆ ਕਿ ਕਿਸ ਮੰਤਰੀ ਦੇ ਹਿੱਸੇ ਕਿਹੜਾ ਵਿਭਾਗ ਆਇਆ ਹੈ ਅਨਜਤ ਕੇ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਵੀ ਪੰਜਾਬ ਦੇ ਫਾਈਨਾਂਸ ਮੰਤਰੀ ਨੇ ਉਹਨਾਂ ਦੇ ਕੋਲ ਉਹੀ ਵਿਭਾਗ ਹੈ ਜਿਸ ਇਸ ਤੋਂ ਇਲਾਵਾ ਗਵਰਨੈਂਸ ਰਿਫਾਰਮਸ ਦਾ ਵਿਭਾਗ ਹੈ ਜਾਂ ਪਲੈਨਿੰਗ ਦਾ ਜੋ ਵੀ ਵਿਭਾਗ ਹੈ ਉਹ ਮਨਪ੍ਰੀਤ ਸਿੰਘ ਬਾਦਲ ਉਸ ਤੇ ਪਹਿਲਾਂ ਵੀ ਦੇਖ ਰਹੇ ਕਰ ਰਹੇ ਨੇ ਉਸ ਵਿਭਾਗ ਦੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਆਪਾਂ ਹੋਰ ਜਿਹੜੇ ਮੰਤਰੀ ਨੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮੰਤਰੀ ਨੇ ਪਹਿਲਾਂ ਤੋਂ ਹੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਕੰਮ ਕਰ ਰਹੇ ਨੇ ਇਸ ਵਿਭਾਗ ਦੇ ਰੂਰਲ ਡਿਵੈਲਪਮੈਂਟ ਦੀ ਜੋ ਵੀ ਕੰਮਕਾਜ ਨੇ ਕਿਉਂਕਿ ਕੱਲ ਕੱਲ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਵੀ ਜੇਕਰ ਚੰਨੀ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਪਿੰਡੂ ਖੇਤਰਾ ਦੇ ਵਿੱਚ 5-5 ਮਰਲਿਆਂ ਦੇ ਜਿਹੜੇ ਪਲਾਟ ਨੇ ਬੇ ਜ਼ਮੀਨੀਆਂ ਨੂੰ 5-5 ਮਰਲਿਆਂ ਦੇ ਪਲਾਟ ਆ ਜਿਹੜੇ ਬੇਕਰਿਆ ਨੂੰ ਦਿੱਤੇ ਜਾਣਗੇ ਤੇ ਲਿਸਟ ਹੈ ਜਿਹੜੀ ਕਿਹਾ ਗਿਆ ਕਿ 2 ਅਕਤੂਬਰ ਤੱਕ ਉਹ ਲਿਸਟ ਤਿਆਰ ਕਰਕੇ ਹਰ ਹਾਲਤ ਦੇ ਵਿੱਚ 5 ਅਕਤੂਬਰ ਤੱਕ ਜਮ੍ਹਾਂ ਕਰਵਾਉਣੀ ਹੈ ਤੇ ਤਰਿਪ ਤੇਜਿੰਦਰ ਸਿੰਘ ਬਾਜਵਾ ਨੇ ਜਿਹੜੇ ਪਿੰਡੂ ਵਿਕਾਸ ਵਿਭਾਗ ਉਹ ਵਿਭਾਗ ਦੇਖਣਗੇ ਇਸ ਤੋਂ ਇਲਾਵਾ ਸੁਖਬਿੰਦਰ ਸਿੰਘ ਸੋਖ ਸਰਕਾਰੀਆ ਜਿਹੜੇ ਵਾਟਰ ਰਿਸੋਰਸ ਸੋ ਵਿਭਾਗ ਨੂੰ ਸਾਂਭਣਗੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਆ ਜਿਹੜਾ ਸ਼ਹਿਰੀ ਵਿਕਾਸ ਵਿਭਾਗ ਹੈ ਉਹ ਸੁਖਬਿੰਦਰ ਸਿੰਘ ਸੋਕ ਸਰਕਾਰੀਆ ਉਹ ਉਸ ਵਿਭਾਗ ਦੇ ਵਿੱਚ ਦੇਖ ਰਿਹਾ ਕਿ ਪੂਰੀ ਉਸ ਵਿਭਾਗ ਦੇ ਕਾਰਨਗੇ ਸ਼ਹਿਰੀ ਵਿਕਾਸ ਵਿਭਾਗ ਆ ਜਿਹੜਾ ਸੁਖਬਿੰਦਰ ਸਿੰਘ ਸੋਕ ਸਰਕਾਰੀਆ ਦੇਖਣਗੇ ਪਿੰਡੂ ਵਿਕਾਸ ਵਿਭਾਗ ਆ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਲ ਹੈ ਤੇ ਰਾਣਾ ਗੁਰਜੀਤ ਸਿੰਘ ਦੀ ਗੱਲ ਕਰੀਏ ਤਾਂ ਰਾਣਾ ਗੁਰਜੀਤ ਸਿੰਘ ਦੇ ਕੋਲ ਟੈਕਨੀਕਲ ਐਜੂਕੇਸ਼ਨ ਇੰਡਸਟਰੀਅਲ ਟ੍ਰੇਨਿੰਗ ਦਾ ਵਿਭਾਗ ਹੈ এমਪਲੋਇਮੈਂਟ ਜਨਰੇਸ਼ਨ ਰੁਜ਼ਗਾਰ ਕਿਵੇਂ ਪੈਦਾ ਹੋਵੇ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਹੋਣ ਇਹ ਪੂਰਾ ਵਿਭਾਗ ਆ ਜਿਹੜਾ ਰਾਣਾ ਗੁਰਜੀਤ ਸਿੰਘ ਨੂੰ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਉਹੀ ਨਾਮ ਹੈ ਜਿਹੜਾ ਵਿਵਾਦਾਂ ਦੇ ਵਿੱਚ ਰਿਹਾ ਜਿਨ੍ਹਾਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਵੱਡੇ ਵਿਵਾਦ ਰਏ ਸਨ ਦੁਆਬੇ ਦੇ ਵਿੱਚ ਬਗਾਵਤ ਹੋ ਗਈ ਸੀ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਤੇ ਦੁਆਬੇ ਦੇ ਵਿਧਾਇਕਾਂ ਨੇ ਕਿਹਾ ਸੀ ਕਿ ਜੇਕਰ ਰਾਣਾ ਗੁਰਜੀਤ ਸਿੰਘ ਪੰਜਾਬ ਦੀ ਕੈਬਨਿਟ ਦੇ ਵਿੱਚ ਹੋਣਗੇ ਤਾਂ ਅਸੀਂ ਬਗਾਵਤ ਕਰਾਂਗੇ ਦੁਆਬੇ ਦੀ ਕਾਂਗਰਸ ਆ ਦੁਫਾੜ ਹੋ ਸਕਦੀ ਹੈ ਪਰ ਆਖਰਕਾਰ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਿਲ ਕਰ ਲਿਆ ਗਿਆ ਸੀ ਤੇ ਰਾਣਾ ਗੁਰਜੀਤ ਸਿੰਘ ਨੂੰ ਜਿਹੜਾ ਵਿਭਾਗ ਦਿੱਤਾ ਗਿਆ ਰੋਜ਼ਗਾਰ ਦਾ ਵਿਭਾਗ ਦੇ ਦਿੱਤਾ ਗਿਆ ਇਸ ਦੇ ਨਾਲ ਟੈਕਨੀਕਲ ਐਜੂਕੇਸ਼ਨ ਦਾ ਇੰਡਸਟਰੀਅਲ ਟ੍ਰੇਨਿੰਗ ਦਾ ਵਿਭਾਗ ਹੈ ਜਿਹੜਾ ਉਹ ਰਾਣਾ ਗੁਰਜੀਤ ਸਿੰਘ ਨੂੰ ਦੇ ਦਿੱਤਾ ਗਿਆ ਰਜਿਆ ਸੁਲਤਾਨਾ ਪਹਿਲਾਂ ਤੋਂ ਹੀ ਜਿਵੇਂ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਵਿਭਾਗ ਦੇ ਵਿੱਚ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਦਾ ਵਿਭਾਗ ਹੈ ਸੋਸ਼ਲ ਸੈਕਿਉਰਿਟੀ ਦਾ ਵਿਭਾਗ ਹੈ ਉਹਨਾਂ ਦੇ ਕੋਲ ਸਟੇਸ਼ਨਰੀ ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਵਿਭਾਗ ਹੈ ਜਿਹੜਾ ਉਹ ਵੀ ਰਜਿਆ ਸੁਲਤਾਨਾ ਦੇ ਕੋਲ ਹੈ ਇਸ ਤੋਂ ਇਲਾਵਾ ਵਿਜੇਂਦਰ ਸਿੰਘਲਾ ਪਬਲਿਕ ਵਰਕਸ ਐਡਮਿਨਿਸਟ੍ਰੇਟਿਵ ਰਿਫਾਰਮਸ ਨੇ ਜਿਹੜੇ ਉਹ ਵੀ ਵਿਚੇਂਦਰ ਸਿੰਘਲਾ ਉਹਨਾਂ ਨੂੰ ਦੇ ਦਿੱਤਾ ਗਿਆ ਭਾਰਤ ਪੋਸ਼ਣ ਆਸ਼ੂ ਨੇ ਜਿਹੜੇ ਫੂਡ ਐਂਡ ਸਿਵਲ ਸਪਲਾਈਅਰ ਮੰਤਰੀ ਨੇ ਇਸ ਤੋਂ ਇਲਾਵਾ ਰਣਦੀਪ ਸਿੰਘ ਨਾਭਾ ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਵਿਭਾਗ ਦੇ ਦਿੱਤਾ ਗਿਆ ਫੂਡ ਪ੍ਰੋਸੈਸਿੰਗ ਐਂਡ ਖੇਤੀਬਾੜੀ ਐਗਰੀਕਲਚਰ ਵਿਭਾਗ ਹੈ ਜਿਹੜਾ ਰਣਦੀਪ ਸਿੰਘ ਨਾਭਾ ਨੂੰ ਦੇ ਦਿੱਤਾ ਗਿਆ ਰਾਜਕੁਮਾਰ ਵੇਰਕਾ ਸੋਸ਼ਲ ਜਸਟਿਸ empowerment ਜਿਹੜਾ ਵਿਭਾਗ ਹੈ ਉਹ ਰਾਜਕੁਮਾਰ ਵੇਰਕਮ ਦੇ ਦਿੱਤਾ ਗਿਆ ਸਮਾਜਿਕ ਨਿਆਂ ਦਾ ਵਿਭਾਗ ਹੈ ਤੇ ਅਨੁਸੂਚਿਤ ਮਹਿਕਮਾ ਹੈ ਜਿਹੜਾ ਉਹ ਵੀ ਇਹਨਾਂ ਦੇ ਅੰਡਰ ਰਹੇਗਾ ਰਾਜਕੁਮਾਰ ਵੇਰਕਾ ਦੇ ਅੰਡਰ ਰਹੇਗਾ ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆ ਨੇ ਫੋਰੈਸਟ ਵਿਭਾਗ ਦਿੱਤਾ ਗਿਆ ਵਾਈਲਡ ਲਾਈਫ ਦਾ ਵਿਭਾਗ ਹੈ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਜੰਗਲਾਤ ਵਿਭਾਗ ਸੰਗਤ ਸਿੰਘ ਗਿਲਜੀਆ ਨੂੰ ਦਿੱਤਾ ਗਿਆ ਪ੍ਰਗਟ ਸਿੰਘ ਪਰਗਟ ਸਿੰਘ ਸਕੂਲ ਤੇ ਉੱਚ ਸਿੱਖਿਆ ਜਿਹੜੀ ਸਕੂਲੀ ਸਿੱਖਿਆ ਉੱਚ ਸਿੱਖਿਆ এডਿਕੇਸ਼ਨ ਵਿਭਾਗ ਹੈ ਜਿਹੜਾ ਪ੍ਰਗਟ ਸਿੰਘ ਦੇ ਕੋਲ ਹੈ ਖੇਡ ਵਿਭਾਗ ਪ੍ਰਗਟ ਸਿੰਘ ਦੇ ਕੋਲ ਹੈ ਐਨ ਆਰ ਆਈ ਮਾਮਲਿਆਂ ਨੂੰ ਪ੍ਰਗਟ ਸਿੰਘ ਦੇਖਣਗੇ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਦ ਦੇ ਕੋਲ ਇੱਕ ਵਿਭਾਗ ਹੈ ਟਰਾਂਸਪੋਰਟ ਦਾ ਵਿਭਾਗ ਤੇ ਟਰਾਂਸਪੋਰਟ ਦੇ ਵਿਭਾਗ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਰਹੇ ਨੇ ਕਿ ਮੈਂ ਇਸ ਵਿਭਾਗ ਦੇ ਵਿੱਚ ਕੰਮ ਕਰਨਾ ਚਾਹੁੰਦਾ ਪਰ ਜੇਕਰ ਪੂਰੇ ਟਰਾਂਸਪੋਰਟ ਦੀ ਗੱਲ ਕਰੀਏ ਖਾਸ ਕਰਕੇ ਸਰਕਾਰੀ ਬੱਸ ਸੇਵਾਵਾਂ ਦੀ ਗੱਲ ਕਰੀਏ ਸੂਬੇ ਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੋਂ ਬੱਸ ਸਫਰ ਫ੍ਰੀ ਕੀਤਾ ਹੈ ਪੀਆਰਟੀਸੀ ਘਾਟੇ ਦੇ ਵਿੱਚ ਚਲੀ ਗਈ ਹੈ ਪੀਆਰਟੀਸ ਨੂੰ ਫਟਾ ਨੁਕਸਾਨ ਹੋ ਰਿਹਾ ਪਰ ਦੂਜੇ ਪਾਸੇ ਪੀਆਰਟੀਸੀ ਦੇ ਮੁਲਾਜ਼ਮ ਨੇ ਜਿਹੜੇ ਆਏ ਦਿਨ ਉਹ ਵੀ ਬੱਸ ਛੱਡਿਆਂ ਨੂੰ ਲੋਕ ਕਰਕੇ ਧਰਨਾਂ ਤੇ ਹੁੰਦੇ ਨੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅੱਗੇ 20 ਵੱਡੀਆਂ ਚੁਣੌਤੀਆਂ ਕਈਆਂ ਜਾ ਸਕਦੀਆਂ ਨੇ ਗੁਰਕੀਰਤ ਕੋਟਲੀ ਨੇ ਜਿਹੜੇ ਗੁਰਕੀਰਤ ਕੋਟਲੀ ਇੰਡਸਟਰੀਅਲ ਵਿਭਾਗ ਆ ਜਿਹੜਾ ਇੰਡਸਟਰੀ ਤੇ ਕਮਰਸ ਦਾ ਵਿਭਾਗ ਸਾਇੰਸ ਐਂਡ ਟੈਕਨੋਲੋਜੀ ਦਾ ਵਿਭਾਗ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦਾ ਵਿਭਾਗ ਗੁਰਕੀਰਤ ਕੋਟਲੀ ਨੂੰ ਦੇ ਦਿੱਤਾ ਗਿਆ ਨਵੀਂ ਸਰਕਾਰ ਦੇ ਵਿੱਚ ਵਿਭਾਗ ਨੇ ਜਿਹੜੇ ਵੰਡ ਦਿੱਤੇ ਗਏ ਨੇ ਕਿਹੜਾ ਵਿਭਾਗ ਕਿਸ ਮੰਤਰੀ ਦੇ ਹਿੱਸੇ ਆਇਆ ਦਿਖਾ ਰਹੇ ਹਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਕਿ ਕਿਵੇਂ ਕਿਹੜਾ ਮੰਤਰੀ ਕਿਸ ਵਿਭਾਗ ਤੇ ਕੰਮ ਕਰੇਗਾ ਪੁਰਾਣੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਕੋਲ ਕੁਝ ਵਿਭਾਗ ਉਹੀ ਰਹਿਣ ਦਿੱਤੇ ਗਏ ਨੇ ਜਿਵੇਂ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਫਾਈਨਾਂਸ ਮੰਤਰੀ ਸਨ ਉਹਨਾਂ ਦੇ ਕੋਲ ਉਹੀ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਤੇ ਉਸੇ ਹੀ ਅਹੁਦੇ ਤੇ ਨੇ ਉਹੀ ਵਿਭਾਗ ਦੇਖ ਰਹੇ ਨੇ ਇਸ ਤੋਂ ਇਲਾਵਾ ਬਾਕੀ ਜਿਹੜੇ ਵਿਭਾਗਾ ਦੀ ਵੰਡ ਹੋਈ ਹੈ ਤ੍ਰੇਪ ਤਰ ਜਿੰਦਰ ਸਿੰਘ ਬਾਜਵਾ ਪਿੰਡੂ ਵਿਕਾਸ ਵਿਭਾਗ ਦੇ ਵਿੱਚ ਨੇ ਤਾਂ ਸੁਖਬਿੰਦਰ ਸਿੰਘ ਸੋਖ ਸਰਕਾਰੀਆ ਸ਼ਹਿਰੀ ਵਿਕਾਸ ਵਿਭਾਗ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਪਿੰਡੂ ਤੇ ਸ਼ਹਿਰੀ ਵਿਕਾਸ ਦੇ ਜੋ ਵੀ ਪ੍ਰਬੰਧ ਕੀਤੇ ਜਾਣਗੇ ਜੋ ਵੀ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਨੂੰ ਦੇਖਿਆ ਜਾਏਗਾ ਰਾਜਕੁਮਾਰ ਵੇਰਕਾ ਅਨੁਸੂਚਿਤ ਮਹਿਕਮਾ ਉਹਨਾਂ ਨੂੰ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਵੀ ਸੋਸ਼ਲ ਜਸਟਿਸ ਦੇ ਜੋ ਵੀ ਮੁੱਦੇ ਹੋਣਗੇ ਰਾਜਕੁਮਾਰ ਵੇਰਕਾ ਦੇ ਅਧੀਨ ਹੋਣਗੇ ਤੇ ਨਮ ਰਾਜਕੁਮਾਰ ਵੇਰਕਾ ਦੇ ਅਧੀਨ ਹੋਣਗੇ ਜਦ ਕਿ ਪੰਜਾਬ ਦੇ ਜਿਹੜੇ ਦੋਨੋਂ ਡਿਪਟੀ ਸੀਐਮ ਨੇ ਸੁਖਚਿੰਦਰ ਰੰਦਾਵਾ ਗ੍ਰਹਿ ਮੰਤਰਾਲਾ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਓਪੀ ਸੋਨੀ ਨੇ ਜਿਹੜੇ ਸਿੱਖਿਆ ਉਹਨਾਂ ਨੂੰ ਸਿਹਤ ਵਿਭਾਗ ਦਿੱਤਾ ਗਿਆ ਸਿਹਤ ਵਿਭਾਗ ਸਵਾਲਾਂ ਦੇ ਘੇਰੇ ਵਿੱਚ ਰਿਹਾ ਪੰਜਾਬ ਦਾ ਸਿਹਤ ਵਿਭਾਗ ਪਰ ਹੁਣ ਉਸ ਵਿਭਾਗੇ ਤੇ ਓਪੀ ਸੋਨੀ ਨੇ ਜਿਹੜੇ ਉਹ ਆ ਗਏ ਨੇ ਤੇ ਕਿਵੇਂ ਉਸ ਵਿਭਾਗੇ ਨੂੰ ਪੂਰਾ ਮੈਨੇਜ ਕਰਨਗੇ ਕਿਵੇਂ ਪੂਰੀ ਮੈਨੇਜਮੈਂਟ ਉਹਨਾਂ ਦੀ ਹੋਏਗੀ ਕਿਵੇਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਏਗਾ ਤੇ ਡਿਫੈਂਸ ਦਾ ਜਿਹੜਾ ਵਿਭਾਗ ਹੈ ਉਹ ਵੀ ਓਪੀ ਸੋਨੀ ਨੂੰ ਦੇ ਦਿੱਤਾ ਗਿਆ